ਫੋਟੋ ਦੇ ਵਿੱਚ ਕੀ ਕੀ ਹੋਣਾ ਚਾਹੀਦਾ, ਕਿਉਂਕਿ ਬਾਪੂ ਦੀ ਫੋਟੋ ਬੜੀ ਸੋਹਣੀ ਬਣਨੀ ਚਾਹੀਦੀ ਹੈ। ਕੀ ਕਹਿਣਾ? ਸੋਹਣਾ ਜਿਹਾ ਮੁੱਖ ਹੋਵੇ ਮੇਰੀ ਸਰਕਾਰ ਦਾ, ਸੋਹਣਾ ਮੁੱਖ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਬਾਪੂ ਜੀ ਦਾ ਕਿੰਨਾ ਕੁ ਸੋਹਣਾ ਮੁੱਖ ਹੋਣਾ ਚਾਹੀਦਾ? ਹੱਥ ਖੜੇ ਕਰਕੇ ਕਿ ਸੋਹਣਾ ਜਿਹਾ ਮੁੱਖ ਹੋਵੇ ਮੇਰੀ ਸਰਕਾਰ ਦਾ, ਚਿਹਰੇ ਤੋਂ ਨੂਰ ਹੋਵੇ ਚਮਕਾ ਵੀ ਮਾਰਦਾ, ਉਹ ਚਿਹਰੇ ਤੋਂ ਨੂਰ ਹੋਵੇ ਚਮਕਾ ਵੀ ਮਾਰਦਾ, ਉਹ ਤੈਨੂੰ ਫਰਕ ਤਾਂ ਨਹੀਂ ਉਹ ਪੈਣਾ, ਫੋਟੋ ਨੂੰ ਬਣਾ ਦੇ ਬਾਪੂ ਦੀ, ਤੈਨੂੰ ਫਰਕ ਜਿਹੜੀ ਬਦੌਲਤ ਸਾਰੇ ਹੀ ਅਰੇਂਜਮੈਂਟ ਕਰ ਰਿਹਾ ਜੀ। ਬਾਬਾ ਭਾਗ ਸਿੰਘ ਜੀ।